300,000 ਟਨ ਦਾ ਗ੍ਰਹਿ ਜਦ 26,000 ਮੀਲ ਪਰ ਆਵਰ ਦੀ ਸਪੀਡ ਅਤੇ ਐਟਮ ਬੰਬ ਨਾਲੋਂ 150 ਗੁਣਾ ਜ਼ਿਆਦਾ ਫੋਰਸ ਦੇ ਨਾਲ ਅਮਰੀਕਾ ਦੀ ਧਰਤੀ 'ਤੇ ਗਿਰਿਆ ਤਾਂ 10 ਸਕਿੰਟਾਂ ਦੇ ਵਿੱਚ ਹੀ 1 ਮੀਲ ਚੌੜਾ ਆ ਟੋਇਆ ਪਾ ਦਿੱਤਾ ਅਤੇ ਇਸੇ ਗ੍ਰਹਿ ਦਾ ਆ ਛੋਟਾ ਜਿਹਾ ਟੁਕੜਾ ਵਜਨ ਦੇ ਵਿੱਚ 1,000 ਪਾਉਂਡ ਤੋਂ ਵੀ ਵੱਧ ਹੈ ਅਤੇ ਦੁਨੀਆ ਦੇ ਵਿੱਚ ਇਸ ਇੱਕੋ ਇੱਕ ਧਰਤੀ ਦੇ ਉੱਤੇ ਦੇਖਣ ਨੂੰ ਮਿਲਦੇ ਨੇ 50-50 ਫੁੱਟ ਉੱਚੇ ਇਹ ਕੈਕਟਸ। ਐਰੀਜ਼ੋਨਾ ਦੇ ਖਤਰਨਾਕ ਸੱਪ ਰੈਟਲ ਸਨੇਕਾਂ ਅਤੇ ਠੂਹੀਆਂ ਦੀਆਂ ਖੱਡਾਂ ਤੋਂ ਬਚਦੇ ਬਚਾਉਂਦੇ ਅਤੇ ਥੋੜ੍ਹੀ ਜਿਹੀ ਆਫ ਰੋਡਿੰਗ ਕਰਕੇ ਆਪਾਂ ਪਹੁੰਚੇ ਇਹਨਾਂ ਕੈਕਟਸਾਂ ਨੂੰ ਨੇੜਿਓਂ ਦੇਖਣ। ਪਰ ਇਸ ਖੁਸ਼ਕ ਅਤੇ ਰੇਤਲੀ ਧਰਤੀ ਦੇ ਉੱਤੇ ਇਕੱਲੇ ਕੰਡਿਆਰੇ ਕੈਕਟਸ ਹੀ ਨਹੀਂ, ਰਿਹਾਈ ਮਾਰਦੇ ਖੇਤਾਂ ਦਾ ਨਜ਼ਾਰਾ ਵੀ ਦੇਖਣ ਵਾਲਾ ਸੀ। ਸਫ਼ਰ ਆਪਣਾ ਅੱਜ ਖਾਸਾ ਲੰਬਾ ਆ। ਯੂਮਾ ਸਿਟੀ ਤੋਂ ਆਪਾਂ ਨੇ ਸ਼ੁਰੂਆਤ ਕੀਤੀ ਅਤੇ ਲਗਭਗ ਆਪਾਂ ਨੇ 500 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਆਲਮੋਸਟ ਗ੍ਰੈਂਡ ਕੈਨੀਅਨ ਕੋਲ ਚਲੇ ਜਾਣਾ। ਅੱਜ ਸਾਜਰੇ ਉੱਠਣ ਦਾ ਫਾਇਦਾ ਇਹ ਹੋਇਆ ਕਿ ਆਪਾਂ ਨੂੰ ਸਨਰਾਈਜ਼ ਦੇਖਣ ਦਾ ਮੌਕਾ ਮਿਲ ਗਿਆ। ਦੇਖੋ ਫਿਰ ਕਿਵੇਂ ਸੂਰਜ ਦੀ ਜਿਹੜੀ ਲਾਲੀ ਹੈ ਆਲੇ ਦੁਆਲੇ ਨੂੰ ਰੰਗ ਬਖੇਰ ਰਹੀ ਹੈ। ਮੈਕਸੀਕੋ ਦੇ ਬਾਰਡਰ ਨੂੰ ਹੱਥ ਲਾ ਕੇ ਮੁੜੇ ਆ ਤੇ ਆ ਸਾਈਨ ਫੇਰ ਕਹੀ ਜਾਂਦਾ ਆ ਜਾਓ ਮੈਕਸੀਕੋ। ਕਿਵੇਂ ਕਰਨਾ ਜੀ, ਸਾਈਨ ਦੀ ਸੁਣੀਏ ਕਿ ਫੀਨਿਕਸ ਵਾਲੇ ਸਾਈਨ ਦੀ ਸੁਣੀਏ? ਫੀਨਿਕਸ ਦੇਖ ਲਿਆ ਆਪਾਂ ਨੇ, ਇਹ ਤਾਂ ਖਿੱਚ ਖਿੱਚ ਕੇ ਬੁਲਾ ਰਿਹਾ ਕਹਿੰਦਾ ਆ ਜਾਓ ਮੈਕਸੀਕੋ। ਇਹ ਕੋਈ ਛੋਟਾ ਟਾਊਨ ਆਇਆ ਰਸਤੇ 'ਚ ਆਪਾਂ ਨੂੰ ਹਨਾ। ਆਪਾਂ ਇਸ ਟਾਈਮ ਹੈਗੇ ਆ ਜੀ ਮੋਹਾਕ ਰੈਸਟ ਏਰੀਆ ਦੇ ਵਿੱਚ, ਕਿਉਂਕਿ ਜਿਹੜਾ ਐਰੀਜ਼ੋਨਾ ਹੈ ਇਹ ਜ਼ਿਆਦਾ ਜਿਹੜਾ ਹੈਗਾ ਰੇਤਲਾ ਜਿਹਾ ਏਰੀਆ। ਸੋ ਇੱਥੇ ਇੱਕ ਤਾਂ ਕੈਕਟਸ ਬਹੁਤ ਨੇ ਅਤੇ ਦੂਜਾ ਇੱਥੇ ਨਾ ਜਿਵੇਂ ਵਾਰਨਿੰਗਸ ਲੱਗੀਆਂ ਹੋਈਆਂ ਵੀ ਜਿਹੜੇ ਸਨੇਕਸ ਹੈ ਜਾਂ ਇਨਸੈਕਟਸ ਹੈ ਉਹ ਬਹੁਤ ਹੈ ਇੱਥੇ। ਆ ਸਾਈਨ ਵੀ ਲੱਗਿਆ ਹੋਇਆ ਇੱਥੇ ਵੀ ਜਿਵੇਂ ਸਕੋਰਪੀਓ ਅਤੇ ਸਨੇਕਸ ਵੀ ਇਹਨਾਂ ਤੋਂ ਬਚਣ ਦੀ ਲੋੜ ਹੈ। ਜਿੱਦਾਂ ਦੇ ਝੂੰਡ ਝਾਂਡ 'ਚ ਲੱਗੇ ਹੋਏ ਆ ਨਾ, ਕਹਿੰਦੇ ਵੀ ਉਹਨਾਂ ਝੂੰਡਾਂ ਜਾਂ ਥੱਲੇ ਬੈਠੇ ਰਹਿੰਦੇ ਆ ਛਾਵਾਂ ਜੀ 'ਚ। ਸੋ ਤੁਰਦੇ ਫਿਰਦੇ ਹੋਏ ਧਿਆਨ ਰੱਖਣ ਦੀ ਲੋੜ ਹੈ ਖਾਸੀ। ਆਪਣੇ ਇਸ ਸਫ਼ਰ ਦੌਰਾਨ ਆਪਾਂ ਪਹਿਲਾਂ ਗਏ ਸੀ ਡੈਥ ਵੈਲੀ। ਰੇਤਲੀ ਧਰਤੀ ਤੋਂ ਹੁੰਦੇ ਹੁੰਦੇ ਸਮੁੰਦਰ ਦੇ ਬੀਚ 'ਤੇ ਪਹੁੰਚੇ ਅਤੇ ਉੱਥੋਂ ਪਾਮ ਟਰੀਆਂ ਦੇ ਧਰਤੀ ਤੋਂ ਦੇਖਦੇ ਦੇਖਦੇ ਆਪਾਂ ਪਹੁੰਚ ਚੁੱਕੇ ਹਾਂ ਕੈਕਟਸਾਂ ਦੀ ਬੰਜਰ ਧਰਤੀ ਦੇ ਵਿੱਚ। ਆਫ ਰੋਡਿੰਗ ਕਰਕੇ ਆਪਾਂ ਇਸ ਜਗ੍ਹਾ 'ਤੇ ਪਹੁੰਚੇ ਹਾਂ ਅਤੇ ਇੱਥੇ ਆਲੇ ਦੁਆਲੇ ਸਾਰੇ ਪਾਸੇ ਆ ਉੱਚੇ ਉੱਚੇ ਕੈਕਟਸ ਹੀ ਕੈਕਟਸ ਨੇ ਅਤੇ ਮਾੜਾ ਜਿਹਾ ਧਿਆਨ ਨਾਲ ਇੱਥੇ ਵਾਰਨਿੰਗ ਹੁੰਦੀ ਹੈ ਕਿ ਸੱਪਾਂ ਦੀ ਤੇ ਇੱਥੇ ਅਸੀਂ ਉੱਤਰ ਹੀ ਸੀ। ਜੇ ਦੇਖਿਆ ਜਾਵੇ ਆਹ ਜਿਵੇਂ ਝਾੜੀ ਜੀ ਹੈ ਇਹਦੇ ਥੱਲੇ ਖੱਡ ਬਣੀ ਹੋਈ ਹੈ, ਉਰੇ ਉਹ ਸੱਪ ਸੁੱਪ ਜਿਹੇ ਖਾਸੇ ਹੀ ਹੈ, ਵਾਰਨਿੰਗ ਲੱਗੀ ਹੋਈ ਹੈ। ਜਿਵੇਂ ਆਪਣੀ ਜਿਹੜੀ ਆਪਾਂ ਉੱਥੇ ਰੌਕੀ ਮਾਊਂਟੇਨ ਜਾਂਦੇ ਸੀ ਉੱਥੇ ਭਾਲੂਆਂ ਦਾ ਸੀਗਾ ਖਤਰਾ, ਇੱਥੇ ਸੱਪਾਂ ਦਾ ਖਤਰਾ ਹੈਗਾ ਸਾਰੇ ਪਾਸੇ। ਦੇਖਦੇ ਹਾਂ ਬਚ ਬਚਾ ਕੇ ਜਾਂ ਕੈਕਟਸ ਨੂੰ ਦੇਖਦੇ ਹਾਂ ਨੇੜਿਓਂ ਜਾ ਕੇ। We'll be right back.
ਇਸ ਟਾਈਮ ਆਪਾਂ ਖੜੇ ਆ ਸਨੋਰਨ ਡੈਜ਼ਰਟ ਦੀ ਧਰਤੀ ਦੇ ਉੱਤੇ, ਤੇ ਜਿਹੜਾ ਪਿੱਛੇ ਆਪਾਂ ਕੈਕਟਸ ਦੇਖ ਰਹੇ ਆ ਇਹਦਾ ਨਾਮ ਹੈਗਾ ਸਗਿਓਰਾ ਕੈਕਟਸ। ਪੂਰੀ ਦੁਨੀਆ ਦੇ ਵਿੱਚ ਇਹ ਇੱਕੋ ਇੱਕ ਜਗ੍ਹਾ ਹੈ ਜਿੱਥੇ ਇਹ ਸਗਿਓਰਾ ਜਿਹੜੇ ਕੈਕਟਸ ਨੇ ਉਹ ਪਾਏ ਜਾਂਦੇ ਨੇਗੇ। ਕਹਿ ਸਕਦੇ ਆ ਕਿ ਇਹ ਜਿਹੜੀ ਧਰਤੀ ਤੇ ਆਪਾਂ ਹੁਣ ਖੜੇ ਆ ਸਨੋਰਾ ਡੈਜ਼ਰਟ ਦੇ ਵਿੱਚ, ਇਹ ਇਹਨਾਂ ਦੀ ਇੱਕ ਨੈਚੁਰਲ ਹੈਬੀਟੈਟ ਹੈ। ਮੋਸਟਲੀ ਇਹਨਾਂ ਦੀ ਲਾਇਸੈਂਸ ਪਲੇਟ ਤੇ ਵੀ ਤੁਸੀਂ ਇਹ ਵਾਲੇ ਉਹ ਦੇਖ ਸਕਦੇ ਹੋ, ਲੈਂਡਮਾਰਕ ਹੈ ਨਾ ਇਹਨਾਂ ਦਾ, ਲੈਂਡਮਾਰਕ ਕੈਕਟਸ। ਆਪਾਂ ਹੁਣ ਇਹਨੂੰ ਦੁਗਣੀ ਚਾਹੀਦੀ ਹੈ ਜੀ। ਹਾਂ ਹਾਂ ਬਹੁਤ ਉੱਚਾ ਨਹੀਂ ਤਾਂ ਵੀ ਜ਼ਿਆਦਾ ਹਾਂ, ਘੱਟ ਵੱਡੀ ਇਹ ਤਾਂ ਕੰਧ ਵਰਗੀ ਲੱਗਦਾ ਸੋਈ। ਮੈਂ ਕਹਿੰਦਾ ਕੰਧ ਦੀ ਜਗ੍ਹਾ ਆਹੀ ਲਾ ਦੇ ਸਾਰੀ ਜਗ੍ਹਾ। ਟਰੰਪ ਦੀ ਜਿਹੜੀ ਕੰਧ ਦੇਖ ਕੇ ਆਏ ਉਹਦੇ ਨਾਲੋਂ ਵੀ ਉੱਚੇ ਕੈਕਟਸ ਨੇ ਇਹ। ਤੇ ਆਲੇ ਦੁਆਲੇ ਇਹ ਸਾਰੇ ਪਾਸੇ ਐਵੇਂ ਨੇਗੇ, ਪਿੱਲਰਾਂ ਜਾਂ ਵਾਂਗੂ ਖੜੇ ਨੇਗੇ, ਜਿੱਧਰ ਨੂੰ ਵੀ ਦੇਖੀਏ ਅਲੱਗ ਅਲੱਗ ਸ਼ੇਪਾਂ ਦੇ ਵਿੱਚ। ਜਿਵੇਂ ਇਹ ਕੈਕਟਸ ਹੈ ਉੱਪਰੋਂ ਤਾਂ ਹਰਾ ਹਰਾ ਹੈਗਾ, ਤੇ ਕੰਡੇ ਦੇਖੋ ਕਿਵੇਂ ਨੇ। ਖਰਾਬ ਹੋਣਾ ਸ਼ੁਰੂ ਹੋ ਚੁੱਕਿਆ, ਸੁੱਕ ਰਿਹਾ। ਅੰਦਰੋਂ ਵੀ ਜੇ ਦੇਖਿਆ ਜਾਵੇ ਜਿਵੇਂ ਬਾਹਰੋਂ ਤਾਂ ਇਹ ਗੁੱਦ ਜੀ ਹੁੰਦੀ ਆ, ਅੰਦਰੋਂ ਜਿਵੇਂ ਪੂਰੇ ਤਣੇ ਜੇ ਹੈਗੇ ਨੇ ਲੱਕੜ ਵਾਂਗੂ, ਜਿਵੇਂ ਆਮ ਦਰਖਤਾਂ ਦੇ ਹੁੰਦੇ ਨੇਗੇ, ਤਾਂ ਹੀ ਇੰਨੀ ਹਾਈਟ ਵੱਧਦੀ ਆ। ਤੇ ਇਹਨਾਂ ਤੋਂ ਇਲਾਵਾ ਜਿਹੜੀ ਹੋਰ ਇੱਥੇ ਜੜੀ ਬੂਟੀ ਕੋਈ ਵੀ ਹੈਗੀਆਂ ਨੇ ਝਾੜੀਆਂ ਜੀਆਂ, ਉਹ ਵੀ ਪੂਰੀਆਂ ਤਿੱਖੀਆਂ ਨੇਗੀਆਂ। ਜਿਵੇਂ ਆਹ ਜਿਹੜੀ ਹੈਗੀ ਇਹ ਵੀ ਜਿਹਦੇ ਐਜ ਨੇ ਇਹ ਜਾ ਕੇ ਤਿੱਖੀ ਹੋ ਜਾਂਦੀ ਹੈਗੀ। ਸੋ ਏਦਾਂ ਦਾ ਕੁਛ ਇੱਥੇ ਏਰੀਆ ਹੈਗਾ। ਧਰਤੀ ਦੇਖੀ ਆਹ, ਹੁਣ ਆਪਾਂ ਇੱਧਰੋਂ ਤੁਰ ਕੇ ਆਏ ਹਾਂ ਤੇ ਇੱਥੇ ਜੇ ਦੇਖਿਆ ਜਾਵੇ ਹਰ ਥਾਂ ਦੇ ਉੱਤੇ ਖੱਡਾਂ ਹੀ ਨੇ। ਜਿਵੇਂ ਇੱਕ ਉਹ ਸੀ ਦਰਾਹ ਸੀ, ਇੱਧਰ ਚੱਲੇ ਜਾਂਦੇ ਹਾਂ ਸੱਪਾਂ ਦੀ ਧਰਤੀ ਹੈ ਜੀ ਪੂਰੀ ਇਹ। ਸਾਰੀਆਂ ਖੱਡਾਂ ਨੇ ਤਾਂ ਬਾਠ ਉਹਨਾਂ ਕੋਲੇ ਜਿੱਡਾ ਕਿ ਜਿਵੇਂ ਹਥਿਆਰ ਹੈਗਾ ਸੀ ਮੌਕੇ ਦਾ, ਸੈਲਫੀ ਸਟਿਕ ਦੇ ਨਾਲ ਆਪਣੀ ਪੂਰੀ ਪ੍ਰੋਟੈਕਸ਼ਨ ਕਰਦੇ ਰਹੇ ਨੇ। ਕਹਿੰਦੇ ਜੇ ਕੋਈ ਸੱਪ ਸੁੱਪ ਆਇਆ ਮੈਂ ਅੜਾ ਕੇ ਮਾਰਨਾ ਪਰੇ ਨੂੰ, ਕਹਿੰਦੇ ਸੈਲਫੀ ਸਟਿਕ ਨਾਲ ਹੀ। ਇਸ ਧਰਤੀ ਦੇ ਉੱਤੇ ਸਾਰੇ ਪਾਸੇ ਜਿਵੇਂ ਹੈਗੇ ਤਾਂ ਕੈਕਟਸ ਹੀ ਕੈਕਟਸ ਨੇ। ਵਿੱਚ ਵਿੱਚ ਜਦੋਂ ਕੈਕਟਸਾਂ ਦੇ ਆਲੇ ਦੁਆਲੇ ਕੋਈ ਦਰਖਤ ਹਰਾ ਹੋ ਜਾਂਦਾ ਤਾਂ ਉਹ ਕਈ ਵਾਰੀ ਕੈਕਟਸਾਂ ਨੂੰ ਵੀ ਸੁਕਾ ਦਿੰਦਾ। ਜਿਵੇਂ ਆਹ ਦੇਖਿਆ ਜਾਵੇ ਇਹ ਦਰਖਤ ਉਹਦੀ ਜੜਾਂ ਦੇ ਵਿੱਚ ਹਰਾ ਹੋਇਆ ਤਾਂ ਜਿਹੜਾ ਅੰਦਰ ਕੈਕਟਸ ਸੀਗਾ ਉਹ ਬਿਲਕੁਲ ਸੁੱਕ ਚੁੱਕਿਆ। ਇੱਥੇ ਚੱਲਦੇ ਚੱਲਦੇ ਹੁਣ ਆਪਾਂ ਇੱਕ ਆਹ ਕੈਕਟਸ ਕੋਲੇ ਪਹੁੰਚੇ ਹਾਂ ਤਾਂ ਇੱਥੇ ਜਿਵੇਂ ਇੱਕ ਨਾ ਆਲਣਾ ਬਣਿਆ ਹੋਇਆ ਉੱਪਰ ਕਿਸੇ ਪੰਛੀ ਦਾ। ਹੋ ਸਕਦਾ ਜਿਹੜੇ ਇਹ ਕੰਡੇ ਨੇਗੇ ਇਹਨਾਂ ਤੋਂ ਜਿਵੇਂ ਸੱਪਾਂ ਤੋਂ ਇਹਨਾਂ ਨੂੰ ਪ੍ਰੋਟੈਕਸ਼ਨ ਹੁੰਦੀ ਹੋਵੇ ਤਾਂ ਕਰਕੇ ਜਿਹੜੇ ਪੰਛੀ ਨੇ ਉੱਪਰ ਆਲਣਾ ਬਣਾ ਰਹੇ ਨੇ। ਉਹ ਵੀ ਫਿਰ ਆਏ ਵੀ ਸੱਪ ਉੱਪਰ ਨਹੀਂ ਚੜ੍ਹ ਸਕਦਾ ਨਾ ਇਹਦੇ ਉੱਪਰ। ਹਾਂ ਪਿੱਛੇ ਜੇ ਇੱਕ ਬੌਬਕੈਟ ਦੀ ਸਟੋਰੀ ਬਹੁਤ ਵਾਇਰਲ ਜੀ ਹੋਈ। ਅੱਛਾ, ਉਹ ਜਿਵੇਂ ਉਹਨੂੰ ਥੱਲੇ ਕੋਈ ਖਤਰਾ ਤਾਂ ਉਹ ਕੰਡੇ ਦੇ ਉੱਪਰ ਚੜ੍ਹ ਕੇ 2 ਦਿਨ ਬੈਠਾ ਰਿਹਾ ਉੱਤੇ ਹੀ, ਕੰਡੇ ਦੇ ਉੱਤੇ ਚੜ੍ਹ ਗਿਆ ਸੀ। ਹਾਂ ਅੱਛਾ, ਆਹ ਜਿਵੇਂ ਇੱਕ ਕੈਕਟਸ ਸੀਗਾ ਇਹ ਬਿਲਕੁਲ ਸੁੱਕ ਚੁੱਕਿਆ, ਟੁੱਟ ਕੇ ਥੱਲੇ ਗਿਰ ਚੁੱਕਿਆ ਹੈਗਾ। ਯਾਦ ਵਿੱਚੋਂ ਇਹਦੇ ਨਾ ਉਹ ਨੇ ਸੋਟੀਆਂ ਜਿਹੀਆਂ ਮੰਗੋ ਕੰਡੇ ਦੇਖ ਲਓ ਕਿੱਡੇ ਕਿੱਡੇ ਨੇ। ਇੱਥੇ ਫਾਇਰ ਪਿੱਟ ਵੀ ਬਣਾਈ ਬੈਠਾ ਕੋਈ, ਪਤੰਦਰ ਦੇ ਸੱਪਾਂ ਦੀ ਧਰਤੀ ਜਾ ਕੇ ਵੀ ਕੈਂਪਿੰਗ ਕਰੀ ਜਾਂਦੇ ਨੇ।
ਆ ਦੇਖੋ ਨਾ ਉਰੇ ਆਹ ਮੈਂ ਸ਼ੈਲ ਮਿਲੇ ਨੇ, ਗੋਲੀਆਂ ਚਲਾਈਆਂ ਹੋਈਆਂ ਨੇ ਕਿਸੇ ਨੇ ਚੰਗੀਆਂ ਉਰੇ। ਕਿਹੜੀ ਹੈਗੀ? ਰਮਿੰਗਟਨ ਰੱਖਿਆ ਏ ਮਾਰਕਾ, ਤਰਸੇਮ ਜੱਸੜ ਦਾ ਨੀ ਗਾਣਾ ਹੈਗਾ, ਰਮਿੰਗਟਨ ਹੈ। ਉਰੇ ਕੀ ਕਰਦੇ ਹੋਣਗੇ ਯਾਰ? ਕੋਈ ਸ਼ਿਕਾਰ ਨੀ ਹੋਈ ਵੈਸੇ, ਫਨ ਲਈ ਸ਼ੂਟਿੰਗ ਕਰਨ ਆਉਂਦੇ ਹੋਣਗੇ। ਹੋ ਸਕਦਾ ਜਿਵੇਂ ਓਪਨ ਏਰੀਆ ਵੀ, ਹਾਂ ਨੀਆਂ ਪਈਆਂ ਥੱਲੇ ਆਉਂ ਵੀ ਨਾ, ਧਰਤੀ ਥੋਥਲੀ ਜੀ ਆ। ਮੈਂ ਇੱਥੇ ਪੈਰ ਰੱਖਿਆ ਥੱਲੇ, ਖੱਡ ਨਿਕਲੇ ਜੀ ਉਹਦੇ। ਬਾਲਾ ਅੱਗੇ ਜਾਣ ਨੂੰ ਤਾਂ ਰਹਿਣ ਹੀ ਦੇ, ਉਹ ਦੇਖ ਲਾ ਉਸ ਤੇਰੇ ਸਾਹਮਣੇ ਜਾ ਰਿਹਾ ਹੁਣ ਸੱਪ ਉੱਥੇ ਤੁਰਿਆ। ਉਹ ਬਾਠ ਉਹਨਾਂ ਨੇ ਸੈਲਫੀ ਸਟਿਕ ਪੂਰੀ ਮੋਢੇ ਦੀ ਚੱਕੀ ਰੱਖੀ ਹੈਗੀ, ਪਰ ਵਰਤਨ ਦੀ ਲੋੜ ਨੀ ਪਈ, ਬਚਾ ਰਿਹਾ ਤੇ ਸੱਪ ਦੇ ਵੀ ਦਰਸ਼ਨ ਹੋ ਲਏ ਆ ਨਾ ਜਾਂਦੇ ਜਾਂਦੇ। ਵਧੀਆ ਰਿਹਾ ਆਪਣਾ ਆਫਰੋਡਿੰਗ ਦਾ ਸਿਸਟਮ। ਹਾਂ ਚਲੋ ਹੁਣ ਅੱਗੇ ਨੂੰ ਚੱਲਦੇ ਹਾਂ ਜੀ, ਬਸ ਆਪਾਂ ਅੱਗੇ ਜਾ ਕੇ ਦੇਖਦੇ ਹੋਰ ਵੀ ਬਹੁਤ ਕੁਛ ਦੇਖਣਾ ਅੱਗੇ ਆਪਾਂ ਹਜੇ। ਕੈਕਟਸਾਂ ਦੀ ਧਰਤੀ ਦੇ ਵਿੱਚ ਇਹੀ ਨੀ ਕਿ ਇਕੱਲੇ ਸੱਪ ਜਾਂ ਕੈਕਟਸ ਹੀ ਨੇ। ਆ ਇੱਕ ਜਿਵੇਂ ਆਪਣੇ ਸੂਆ ਆਉਂਦਾ ਹੁੰਦਾ, ਉਹ ਆਇਆ ਉਦਾਂ ਦਾ ਇਹ ਬਣਿਆ ਹੋਇਆ। ਇਹਦੇ ਚੋਂ ਜਿੱਦਾਂ ਪਾਣੀ ਨਿਕਲਦਾ ਜੀ, ਖੇਤਾਂ ਨੂੰ ਜਾਂਦੀਆਂ ਨੇ ਖਾਲਾਂ ਜਾਂ ਸੂਏ ਹੋਰ, ਤੇ ਇੱਥੇ ਖੇਤੀ ਵੀ ਹੁੰਦੀ ਹੈ। ਜਿਵੇਂ ਇੱਕ ਕਿਆਰੇ ਤੋਂ ਦੂਜੇ ਕਿਆਰੇ ਨੂੰ ਪਾਣੀ ਦੇਣਾ ਇਹਨਾਂ ਨੇ, ਇਹਦੇ ਵਿੱਚ ਹੀ ਐਵੇਂ ਗਲੀਆਂ ਜਾਂ ਕਰੀਆਂ ਹੋਈਆਂ ਨੇਗੀਆਂ, ਪਾਈਪ ਪਾਏ ਹੋਏ ਨੇ, ਤੇ ਉਹ ਤੋਂ ਅੱਗੇ ਆ ਖਾਲ ਹੋਰ ਜਾਂਦਾ ਗਾ ਖੇਤ ਨੂੰ। ਜਿਵੇਂ ਇੱਥੇ ਪਾਣੀ ਦੀ ਥੋੜੀ ਜ਼ਿਆਦਾ ਲੋੜ ਹੋਣ ਕਰਕੇ ਕਿਆਰੇ ਵੀ ਇਹਨਾਂ ਨੇ ਜਿਵੇਂ ਨਾ ਛੋਟੇ ਕੱਟੇ ਹੋਏ ਨੇਗੇ, ਵੱਟਾਂ ਪਾਈਆਂ ਹੋਈਆਂ ਨੇ, ਛੋਟੇ ਛੋਟੇ ਕਿਆਰੇ ਨੇਗੇ ਜਿਵੇਂ ਆਪਣੇ ਇੰਡੀਆ 'ਚ ਹੁੰਦੇ ਨੇ। ਖੇਤੀ ਲੱਗ ਰਿਹਾ ਕਿ ਮੇਥੇ ਨੇ ਜਾਂ ਮੇਥਿਆਂ ਦੀ ਖੇਤੀ ਹੋ ਰਹੀ ਹੈ ਜੀ ਐਰੀਜ਼ੋਨਾ ਦੇ ਵਿੱਚ। ਵੱਡੇ ਵੱਡੇ ਖੇਤ ਨੇ ਆ ਮੇਥੇ ਦੇ ਸਾਰੇ ਆਲੇ ਦੁਆਲੇ ਪਹਾ ਜਾਂਦਾ ਗਾ। ਦੋ ਪਾਸੇ ਨੂੰ ਰਾਹ ਹੋ ਲਿਆ ਜੀ, ਅੱਗੇ ਇੱਕ ਪਾਸੇ ਐਲਏ ਨੂੰ ਚੱਲਿਆ, ਦੂਜੇ ਪਾਸੇ ਚੱਲਿਆ ਫੀਨਿਕਸ, ਇੱਧਰ ਨੂੰ ਆਪਾਂ ਨੇ ਜਾਣਾ। ਹਾਂ ਜੀ, ਕਿੰਨੀ ਕੁ ਵਾਰ ਪਵਾਈ ਜਾਣਾ ਤੇਲ? ਕਿਹੜੇ ਹਿਸਾਬ ਨਾਲ ਆਪਾਂ ਜਾ ਰਹੇ ਹਾਂ? ਜਿੰਨੇ ਮੀਲ ਕੱਢਣ ਨੂੰ ਫਿਰਦੇ ਆਪਾਂ। ਹਾਂਜੀ, ਅੱਜ ਪੰਪ ਸਟਾਪ ਤੇ ਚੱਲਣਾ ਪੂਰਾ। ਕਿੰਨੀ ਕੁ ਮੀਲ ਆ ਜੀ ਹੁਣ? ਬਸ ਫਿਰ ਤਾਂ ਪੰਪ ਨਾ, ਪੰਪ ਦੀ ਉਹ ਡਾਇਰੈਕਸ਼ਨ ਲਾ ਲਓ ਜੀ, ਹੋਰ ਤਾਂ ਲਾਉਣ ਦੀ ਲੋੜ ਹੀ ਨਹੀਂ ਕੁਛ। ਠੀਕ ਹੈ ਜੀ, ਅਸੀਂ ਦੋਸਤੋ ਲਾਭ ਦੇ ਪੰਪ ਤੇ ਖੜੇ ਆ, ਫੀਨਿਕਸ ਤੋਂ ਪਹਿਲਾਂ ਆਉਂਦਾ ਤੇ ਉੱਥੋਂ ਤੇਲ ਪਵਾਉਣ ਲੱਗੇ ਹੋਏ ਆ, ਤੇ ਇਹ ਬਹੁਤ ਵੱਡੇ ਪੰਪ ਹੈ ਇੱਥੇ, ਤੇ ਨਾਲ ਨਾਲ ਟਰੱਕਸ ਪਾ, ਖਾਣ ਪੀਣ ਦੀਆਂ ਦੁਕਾਨਾਂ ਦੁਕਾਨਾਂ ਸਭ ਕੁਛ ਹੀ ਆ ਆਲਮੋਸਟ। ਤੁਸੀਂ ਤੇਲ ਪਵਾਉਣ ਦੀ ਗੱਲ ਕਰਦੇ ਸੀ, ਮੈਂ ਕਹਿੰਦਾ ਟਰੱਕ ਵਾਲੇ ਨੂੰ ਇਹ ਪੁੱਛ ਲਓ ਕਿੱਧਰ ਨੂੰ ਜਾਂਦਾ ਜੀ, ਆਪਣੇ ਨਾਲ ਨਾਲ ਜਾਈ ਜਾਓ। ਨਹੀਂ ਇਹਦੀ ਆ ਕਹਿੰਦਾ ਹੈਗੀ, ਆ ਜਿਹੜੀਆਂ ਗੱਡੀਆਂ ਨੇ ਇਹ ਕਿਵੇਂ ਤੇਲ ਪਾਉਣ ਨੂੰ ਨੇ ਕਿ ਇਹ ਸਾਰਾ ਕੁਝ ਮੈਂ ਰੋਡ ਸਰਵਿਸ ਦੇ ਰਹੀ ਆ। ਹਾਂ ਉਹ 24 ਆਵਰ ਰੋਡ ਸਾਈਡ ਸਰਵਿਸ ਹੈ ਬਾਈ, ਤੇਲ ਪਾਉਣਾ ਤੇਲ, ਬਾਕੀ ਉਹ ਟਾਇਰ ਟੱਪੇ ਦਾ ਕੰਮ ਹੈ ਕੁਝ। ਆਹ ਦੇਖੋ ਬਾਈ, ਟਰੱਕ ਸਟਾਪ ਦੀ ਤੇਲ ਚੇਂਜ, ਇੱਧਰ ਖੜੇ ਨੇ ਸਾਰੇ ਟਰੱਕ। ਬਾਕੀ
ਆਪਾਂ ਪਹੁੰਚ ਚੁੱਕੇ ਹਾਂ ਹੁਣ ਫੀਨਿਕਸ ਦੇ ਵਿੱਚ ਜੀ, ਐਰੀਜ਼ੋਨਾ ਦਾ ਕੈਪੀਟਲ ਸਿਟੀ ਆ ਇਹ। ਜਿਹੜੇ ਆਪਾਂ ਬੋਇੰਗ 747 ਜਹਾਜ਼ ਆਏ ਤੇ ਵੇਗਸ ਤੱਕ, ਇੱਥੇ ਬਣਦੇ ਆ ਉਹ। ਹਾਂ ਇਹ ਆ ਪਲਾਂਟ ਉਹਨਾਂ ਦਾ, ਇਹ ਆ ਸੋਈ ਜਿਹੜੀ ਐਮਾਜ਼ੋਨ ਦੀ ਇਲੈਕਟ੍ਰਿਕ ਇਹਨਾਂ ਨੇ ਫਲੀਟ ਕੱਢੀ ਹੈ ਨਾ, ਉਹ ਹੈ ਸਾਰੀ ਇਹ। ਕੀ ਕਹਿੰਦੇ ਡਿਲੀਵਰੀ ਵਾਲੀ ਵੈਨਾਂ ਜਿਵੇਂ ਆਪਣੇ ਆਉਂਦੀਆਂ, ਤੇ ਡਿਲੀਵਰੀ ਵਾਲੀਆਂ ਵੈਨਾਂ ਇਲੈਕਟ੍ਰਿਕ। ਹਾਂ ਇਹ ਰਿਵੀਅਨ ਵਾਲਿਆਂ ਨੇ ਇਹਨਾਂ ਨੂੰ ਠੇਕਾ ਦਿਆ ਸੀ, ਐਮਾਜ਼ੋਨ ਨੇ ਰਿਵੀਅਨ ਵਾਲਿਆਂ ਨੂੰ। ਫੀਨਿਕਸ ਤੋਂ ਜਦੋਂ ਫਲੈਗ ਸਟਾਫ ਵੱਲ ਨੂੰ ਆਪਾਂ ਇੰਟਰਸਟੇਟ 17 ਨੰਬਰ ਹਾਈਵੇ ਦੇ ਉੱਤੇ ਜਾਂਦੇ ਹਾਂ ਤਾਂ ਆਲੇ ਦੁਆਲੇ ਜਿਹੜਾ ਦਾ ਏਰੀਆ ਹੈਗਾ ਉਹ ਸਾਰਾ ਕੈਕਟਸਾਂ ਦੇ ਨਾਲ ਭਰਿਆ ਪਿਆ ਗਾ। ਜਦੋਂ ਵੀ ਦੇਖਦੇ ਹਾਂ ਸੱਜੇ ਦੇਖੀਏ ਖੱਬੇ ਦੇਖੀਏ ਪੂਰੇ ਦੇ ਪੂਰੇ ਪਹਾੜ ਨੇ ਜਿਹੜੇ, ਉਹਨਾਂ ਦੇ ਉੱਤੇ ਵੱਡੇ ਵੱਡੇ ਕੈਕਟਸ ਦਿਖਾਈ ਦਿੰਦੇ ਨੇ। ਜਿਹੜਾ ਆਪਾਂ ਹੁਣ ਦੇਖੋ ਪਿੱਛੇ ਖੜੇ ਹਾਂਗੇ, ਇੱਥੇ ਵੀ ਪਿੱਛੇ ਨੂੰ ਹੋਰ ਤੱਕ ਕੈਕਟਸ ਹੀ ਕੈਕਟਸ ਨੇਗੇ। ਸੋਨੋਰਾ ਡੈਜ਼ਰਟ ਦੇ ਵਿੱਚ ਇੱਕ ਹੋਰ ਤਰ੍ਹਾਂ ਦੀ ਜਿਹੜੀ ਕਿਸਮ ਹੈ ਕੈਕਟਸਾਂ ਦੀ, ਉਹ ਵੀ ਪਾਈ ਜਾਂਦੀ ਹੈ। ਇਹ ਜਿਹੜਾ ਆਪਾਂ ਸਾਹਮਣੇ ਦੇਖ ਰਹੇ ਹਾਂ ਇਹਦਾ ਨਾਮ ਹੈਗਾ ਪ੍ਰਿਕਲੀ ਪੀਅਰ ਕੈਕਟਸ। ਇਹਦੇ ਵੱਡੇ ਵੱਡੇ ਜਿਹੇ ਪੱਤੇ ਨੇ, ਇਹਦੇ ਤੇ ਵੀ ਆ ਪੂਰੇ ਕੰਡੇ ਨੇਗੇ, ਬਹੁਤ ਸਾਰੇ ਨੇ ਇੱਥੇ, ਉਹ ਉੱਧਰ ਅੱਗੇ ਹੋਰ ਵੀ। ਪਬਲਿਕ ਕਿੰਨੀ ਜ਼ਿਆਦਾ ਉੱਥੇ, ਕਿੰਨਾ ਦਾ 4000 ਫੁੱਟ? 4000 ਫੁੱਟ ਜੀ। ਹਾਂ ਬਾ ਉੱਪਰ ਜਾ ਕੇ ਐਲੀਵੇਸ਼ਨ 4000 ਹੋ ਜਾਂਦੀ ਆ, ਉੱਥੋਂ ਫੇਰ ਜ਼ੀਰੋ ਕਰ ਦਿੰਦੇ ਆ, ਜਾਂ ਜ਼ੀਰੋ ਹੋਣੀ ਉੱਥੇ ਫੇਰ ਸੂਈ ਚੱਕ ਦੇਣੀ ਉੱਪਰ ਨੂੰ। ਕਿੰਨਾ ਪੈਸਾ ਜੀ, ਇਹਦਾ ਇੱਕ ਨੰਬਰ ਦੇਸ਼ ਹੈ, ਆਈ ਰਿਹਾ ਵੀ 4 ਰੁਪਈਏ ਲੱਗ ਜਾਣ, 15000 ਬਣਾ ਦੇਣਾ ਆਈਵੇ। ਇੱਧਰਲੇ ਪਾਸੇ ਵਾਲੇ ਨੂੰ ਬ੍ਰੇਕ ਚੈੱਕ ਲੱਗੀ ਹੋਈ ਸੀ, ਇੱਧਰ ਉੜੀਆਂ ਫਿਕਰ ਉਹਨਾਂ ਨੂੰ ਵੀ ਕਿਤੇ ਖੜ ਜਾਵੇ ਟਰੱਕ, ਦੂਜੇ ਪਾਸੇ ਦੇਖ ਆ ਰਿਹਾ ਤੁਹਾਨੂੰ ਰਾਟ ਪਿਆ ਪਿਆ ਚੜਾਈ ਚੜ ਕੇ। ਬਹੁਤ ਜ਼ਿਆਦਾ ਡਾਊਨ ਹਿੱਲ ਆ, ਹਾਲ ਦੇਖੋ ਮੂਹਰ ਨੂੰ, ਲਗਾਤਾਰ ਚੱਲ ਰਹੀ ਹੈ, ਸਾਰੀ ਵੈਲੀ ਦਿਖ ਰਹੀ ਇੱਥੋਂ। ਸਵੇਰੇ ਆਪਾਂ ਬਿਲਕੁਲ ਬੰਜਰ ਧਰਤੀ ਐਰੀਜ਼ੋਨਾ ਦੀ, ਜਿਸ ਦੇ ਵਿੱਚ ਕੈਕਟਸ ਹੀ ਕੈਕਟਸ ਸੀਗੇ, ਅਤੇ ਹੁਣ ਇੱਕਦਮ ਹੀ ਜਿਹੜਾ ਜਿਵੇਂ ਜਿਵੇਂ ਆਪਾਂ ਨੌਰਥ ਵੱਲ ਨੂੰ ਆ ਰਹੇ ਹਾਂ ਫਲੈਗ ਸਟਾਫ ਵੱਲ ਨੂੰ, ਤਾਂ ਠੰਡ ਸ਼ੁਰੂ ਹੋ ਗਈ ਅਤੇ ਆਲੇ ਦੁਆਲੇ ਜਿਹੜੀ ਸਨੋਅ ਵੀ ਪਈ ਹੋਈ ਹੈਗੀ। ਆਪਾਂ ਹੁਣ ਨੇੜੇ ਆ ਗਏ ਹਾਂ ਜੀ ਇੱਕ ਮਟਿਓਰ ਕ੍ਰੇਟਰ ਨੈਸ਼ਨਲ ਲੈਂਡਮਾਰਕ ਹੈ, ਜਿੱਥੇ 50,000 ਸਾਲ ਪੁਰਾਣਾ ਇੱਕ ਮਟਿਓਰ ਗਿਰਿਆ ਹੋਇਆ, ਉਹ ਚੱਲ ਕੇ ਦੇਖਦੇ ਹਾਂ। ਆਹੀ ਐਗਜ਼ਿਟ ਹੈ, ਗੱਡੀ ਨਹੀਂ ਨੇ ਇਹਨਾਂ ਨੇ ਆਹੀ ਲੈਣਾ ਐਗਜ਼ਿਟ, ਦੇਖੀ ਬਾਈ। ਨਵੀਂ ਗੱਡੀ ਪਾਰਕ ਹੋ ਗਈ, ਪੌੜੀਆਂ ਚੜ੍ਹ ਕੇ ਚੱਲੀਏ ਮਿਊਜ਼ੀਅਮ ਵੱਲ ਨੂੰ, ਦੇਖੀਏ। ਉਹ ਇੱਧਰ ਦੇਖ ਆਹ ਅਪੋਲੋ ਦਾ ਰੱਖਿਆ ਹੋਇਆ ਇਹਨਾਂ ਨੇ ਟੈਸਟ ਕੈਪਸੂਲ। ਇਹ ਕੀ ਹੈ? ਇਹ ਨਾਸਾ ਦੇ ਮਿਸ਼ਨ ਵਾਲੇ ਉਹ ਹੈ, ਇਹ ਜਿਵੇਂ ਕਹਿੰਦੇ ਉਹ ਜਿਹੜੇ ਆਪਣੇ ਉਹਨੂੰ ਐਸਟ੍ਰੋਨੌਟ ਨੂੰ ਉੱਪਰ ਭੇਜਦੇ ਆ, ਇੱਥੇ ਟੈਸਟਿੰਗ ਟੂਸਟਿੰਗ ਕਰਦੇ ਆ ਮਟਿਓਰ ਸਾਈਟ 'ਤੇ ਪਹਿਲਾਂ। ਟੈਸਟ ਕੈਪਸੂਲ, ਅੱਛਾ। ਹਾਂ ਉਹ ਜਿਵੇਂ ਜੀਓਲੋਜੀ ਦੇਖਦਾ ਨਾ ਉਹਦੇ, ਜਿਵੇਂ ਉਹੀ ਉਹ ਜਿਵੇਂ ਮਟਿਓਰ ਦੀ ਧਰਤੀ ਮਿਲਦੀ ਹੈ। ਓਕੇ, ਇੱਕ ਪਾਸੇ ਨੂੰ ਕਹਿੰਦੇ ਡਿਸਕਵਰੀ ਸੈਂਟਰ ਕ੍ਰੇਟਰ, ਦੂਜੇ ਪਾਸੇ ਨੂੰ ਅਤੇ ਚਲੀਏ ਅੰਦਰ ਨੂੰ। ਆਹ ਲੱਗਿਆ ਹੋਇਆ ਇੱਧਰ ਸਾਈਨ ਕਿ US ਦਾ ਨੈਸ਼ਨਲ ਲੈਂਡਮਾਰਕ ਹੈ, ਰਜਿਸਟਰਡ ਨੈਸ਼ਨਲ ਮਾਰਕ ਇਹ। ਅਤੇ ਇੱਧਰ ਡਿਸਪਲੇ ਬਣੀ ਹੋਈ ਆ ਅਪੋਲੋ ਪ੍ਰੋਗਰਾਮ ਦੇ ਵਿੱਚ ਜਿਹੜਾ ਸਮਾਨ ਵਰਤਿਆ ਗਿਆ ਸੀਗਾ। ਸੋਈ ਸਾਹਿਬ ਆਹ ਦੇਖੋ ਜਿਹੜਾ ਪੱਥਰ ਪਿਆ ਇਹ, ਹੈਂ ਜਿਹੜਾ ਉਹਦੇ ਮਟਿਓਰ ਗਿਰਿਆ ਉਹ 150 ਫੁੱਟ ਚੌੜਾ ਤਾ, ਉਹਦੇ 'ਚੋਂ ਆਪਾਂ ਇੰਨਾ ਕੁ ਪੀਸ ਬਚਿਆ, ਪਰ ਇਹ ਛੋਟਾ ਜਿਹਾ ਪੀਸ, ਇਹ 1000 ਪਾਉਂਡ ਤੋਂ ਉੱਪਰ ਦਾ ਵਜਨ ਆ ਇਹਦਾ। ਅੱਛਾ, ਹਾਂ ਇਹ ਉਹ ਇੱਧਰ ਲਿਖਿਆ ਹੋਇਆ ਲੋਹੇ ਦਾ ਵੀ ਹੈ ਜੀ, ਇਹ ਸਾਰਾ ਲੋਹਾ। ਆਹ ਮਸ਼ੀਨ ਦੇ ਵਿੱਚ ਨਾ ਇੱਧਰ ਆਪਾਂ ਆਪਣਾ ਕ੍ਰੇਟਰ ਆਪ ਬਣਾ ਸਕਦੇ ਹਾਂ। ਉਹ ਕਹਿੰਦੇ ਵੀ ਜਿਹੜੇ ਵੀ ਜਿਵੇਂ ਵੀ ਵਲੋਸਿਟੀ ਡੈਂਸਿਟੀ ਸਪੀਡ ਸਾਰਾ ਚੇਂਜ ਕਰਕੇ ਵੀ ਕਿੱਦਾਂ ਦਾ ਉਹਦਾ ਇੰਪੈਕਟ ਹੋਊਗਾ, ਉਹ ਸਾਰਾ ਦਿਖੂਗਾ। ਅੱਛਾ, ਹਾਂ
melted most of the meteor and spread it with the large plume of debris. It took just 10 seconds and Meteor Crater was formed. ਇਹ ਫਿਲਮ ਦੇਖਣ ਤੋਂ ਬਾਅਦ ਹੁਣ ਆਪਾਂ ਚੱਲ ਕੇ ਦੇਖਦੇ ਹਾਂ ਸਾਹਮਣੇ ਵਾਲਾ ਕ੍ਰੇਟਰ ਜਿਹੜਾ ਬਣਿਆ ਹੋਇਆ ਗਾ। ਜਿਹੜਾ ਕ੍ਰੇਟਰ ਹੈ ਨਾ ਇਹ ਇਹ ਕਹਿੰਦੇ ਵੀ ਜਿਵੇਂ ਆਪਾਂ ਪਹਿਲਾਂ ਹੀ ਗੱਲ ਕਰੀ ਵੀ 50,000 ਸਾਲ ਪੁਰਾਣਾ ਉਹ ਹੈ ਕ੍ਰੇਟਰ, 150 ਫੁੱਟ ਚੌੜਾ ਅਤੇ 300,000 ਟਨ ਵਜਨ ਦਾ ਦੋ ਇਹਦਾ ਇਹਦਾ ਹਾਂਜੀ। ਅਤੇ ਜਿਹੜੀ ਸਪੀਡ ਨਾਲ ਆ ਕੇ ਵੱਜਿਆ ਧਰਤੀ ਨਾਲ ਇਹ 26,000 ਮੀਲ ਇੱਕ ਘੰਟੇ ਦੀ ਸਪੀਡ 'ਤੇ, ਐਟਮ ਬੰਬ ਨਾਲੋਂ 150 ਗੁਣਾ ਜ਼ਿਆਦਾ ਫੋਰਸ 'ਤੇ ਜ਼ਿਆਦਾ ਕੇ ਉਹਨੂੰ ਧਰਤੀ ਨੂੰ ਉਹਨੇ ਉਹ ਕਰਿਆ। ਅੱਛਾ, ਲੱਗਦਾ ਤਾਂ ਹੀ ਲੱਗਦਾ ਵੀ ਪਤਾ ਟੂਏ ਨੂੰ ਦੇਖ ਕੇ। ਹਾਂ ਪਤਾ ਲੱਗਿਆ ਧਰਤੀ ਜਦੋਂ ਜਿਵੇਂ ਕਹਿੰਦੇ ਧਰਤੀ ਹਾਲਾਤ ਤੀ ਉਹ ਕੰਮ ਹੋਇਆ। ਹਾਂ ਪਤਾ ਲੱਗਿਆ ਵੀ ਵੱਜਿਆ ਆ ਕੇ ਕੁਛ। ਅਤੇ ਜਿਹੜਾ ਹੁਣ ਇਹ ਜਿਹੜਾ ਇਹਦਾ ਸਾਈਜ਼ ਹੈ ਕ੍ਰੇਟਰ ਦਾ, ਇਹ ਕਹਿੰਦੇ ਵੀ 550 ਫੁੱਟ ਡੂੰਘਾ ਔਰ 1 ਮੀਲ ਚੌੜਾ ਜਿਹੜਾ ਟੋਆ ਬਣਿਆ ਹੋਇਆ ਇਹ। ਹਾਂ ਨੇੜੇ ਆ ਕੇ ਹੁਣ ਪਤਾ ਲੱਗਦਾ ਨਾ ਖਾਸਾ ਏਰੀਆ ਹੈਗਾ। ਪਹਿਲੇ ਵਿਊ ਪੁਆਇੰਟ ਤੋਂ ਹੁਣ ਆਪਾਂ ਉੱਪਰ ਨੂੰ ਆਏ ਹਾਂ ਪੌੜੀਆਂ ਚੜ੍ਹ ਕੇ ਪਹਾੜੀ ਜੀ ਦੇ ਉੱਤੇ, ਇੱਥੋਂ ਮਿਊਜ਼ੀਅਮ ਵੀ ਦਿਖਦਾ। ਅਤੇ ਹੁਣ ਚੱਲਦੇ ਹਾਂ ਜੀ ਆਪਾਂ ਵਾਪਸ ਗੱਡੀ ਵੱਲ ਨੂੰ। ਅੱਜ ਆਪਾਂ ਜਿਹੜਾ ਆਪਣਾ ਸਫ਼ਰ ਸ਼ੁਰੂ ਕੀਤਾ ਸੀ ਉਹ ਕੀਤਾ ਸੀ ਯੂਮਾ ਤੋਂ ਐਰੀਜ਼ੋਨਾ ਦੇ ਵਿੱਚ, ਅਤੇ ਫਿਰ ਆਪਾਂ ਐਰੀਜ਼ੋਨਾ ਦੇ ਜਿਹੜਾ ਸਨੋਰਾ ਡੈਜ਼ਰਟ ਹੈ ਉਹਦੇ ਵਿੱਚ ਦੀ ਡਰਾਈਵ ਕਰਦੇ ਕਰਦੇ ਆਪਾਂ ਫਿਰ ਪਹੁੰਚੇ ਜੀ ਜਿਹੜਾ ਮਟੀਓਰ ਕ੍ਰੇਟਰ ਸਾਈਟ ਬਣੀ ਹੋਈ ਹੈ ਇੱਥੇ, ਜਿੱਥੇ ਕਿ ਇੱਕ ਜਿਹੜਾ ਜਿਵੇਂ ਆਸਮਾਨ ਦੇ ਵਿੱਚੋਂ ਇੱਕ ਮਟੀਓਰ ਹੈ ਜਿਹੜਾ ਉਹ ਜਦੋਂ ਧਰਤੀ ਨਾਲ ਟਕਰਾਇਆ ਤਾਂ ਬਹੁਤ ਵੱਡਾ ਉੱਥੇ ਇੱਕ ਟੋਆ ਬਣਿਆ, ਅਤੇ ਉੱਥੇ ਇਹਨਾਂ ਨੇ ਹਿਸਟੋਰਿਕ ਸਾਈਟ ਬਣਾਈ ਹੋਈ ਸੀਗੀ। ਬਹੁਤ ਸੋਹਣੀ ਜਗ੍ਹਾ ਸੀਗੀ ਦੇਖਣ ਵਾਲੀ। ਅਤੇ ਇਸ ਵੀਡੀਓ ਦੇ ਵਿੱਚ ਆਪਾਂ ਇੱਥੇ ਆਪਣਾ ਜਿਹੜਾ ਸਫ਼ਰ ਆ ਉਹ ਖਤਮ ਕਰਦੇ ਹਾਂ। ਅਗਲੀ ਵੀਡੀਓ ਦੇ ਵਿੱਚ ਆਪਾਂ ਜਾਵਾਂਗੇ ਜਿਹੜਾ ਇੱਥੇ ਹੈਗਾ ਜੀ ਗ੍ਰੈਂਡ ਕੈਨੀਅਨ, ਬਹੁਤ ਹੀ ਇੱਕ ਆਈਕੋਨਿਕ ਸਾਈਟ ਹੈ ਜਿਹੜੀ। ਵੀਡੀਓ ਆਪਣੀ ਲਾਈਕ ਕਰ ਦਿਓ ਜੀ, ਸ਼ੇਅਰ ਕਰ ਦਿਓ ਅਤੇ ਚੈਨਲ ਆ ਜਿਹੜਾ ਉਹ ਸਬਸਕ੍ਰਾਈਬ ਕਰ ਲਿਓ। ਮਿਲਦੇ ਹਾਂ ਫਿਰ ਨਵੀਂ ਵੀਡੀਓ ਦੇ ਵਿੱਚ ਨਵੇਂ ਸਫ਼ਰਾਂ ਦੇ ਨਾਲ ਅਤੇ ਨਵੀਆਂ ਥਾਵਾਂ ਦੇ ਨਾਲ। ਤਦ ਤੱਕ ਹੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਰੱਬ ਰਾਖਾ।